ਦਾ ਸੇਵਾਦਾਰ ਕੋਈ ਨਹੀਂ, ਗੁਰੂ ਰਾਮਦਾਸ ਜੀ ਵਰਗੀ ਨਿਮਰਤਾ ਨਹੀਂ ਕਿਸੇ ਚ, ਗੁਰੂ ਅਰਜਨ ਸਾਹਿਬ ਵਰਗਾ ਧੀਰਜ ਨਹੀਂ ਕਿਸੇ ਕੋਲੇ, ਤੇ ਗੁਰੂ ਹਰਗੋਬਿੰਦ ਸਾਹਿਬ ਵਰਗਾ ਯੋਧਾ ਕੋਈ ਨਹੀਂ, ਤੇ ਗੁਰੂ ਹਰਿਰਾਏ ਸਾਹਿਬ ਵਰਗੀ ਕੋਮਲਤਾ ਨਹੀਂ ਕਿਸੇ ਕੋ, ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਵਰਗਾ ਵੈਦ ਕੋਈ ਨਹੀਂ, ਤੇ ਗੁਰੂ ਤੇਗ ਬਹਾਦਰ ਮਹਾਰਾਜ ਵਰਗਾ ਤਿਆਗੀ ਕੋਈ ਨਹੀਂ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਦੁਨੀਆਂ ਤੇ ਦਾਨੀ ਕੋਈ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਸਹਾਰਾ ਕੋਈ ਨਹੀਂ। ਆਖੋ ਸਤਨਾਮ ਸ੍ਰੀ। ਇਸ ਕਰਕੇ ਅੱਜ ਮਹਾਰਾਜ ਸਾਡੇ ਘਰ ਆਏ, ਗੁਰਬਾਣੀ ਨਾਲ ਦਾ ਸਹਾਰਾ ਕੋਈ ਨਹੀਂ। ਤੋ ਭਾਗਾਂ ਵਾਲਿਓ, ਦੋ ਕੁ ਮਿੰਟ ਉੱਚੀ ਕਿਰਪਾ ਕਰਿਓ ਸਾਰੇ ਜਾਣੇ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਾਰੇ ਜਪੋ। ਸਤਨਾਮ ਵਾਹਿਗੁਰੂ, 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 ਇਹ ਦੋ ਸ਼ਬਦ ਸਤਿਗੁਰਾਂ ਨੇ ਸਾਨੂੰ ਮੂਲ ਦਿੱਤਾ। ਤੇ ਕਿਸੇ ਪੱਤਰਕਾਰ ਨੇ ਪੁੱਛਿਆ ਕਿਸੇ ਬਜ਼ੁਰਗ ਨੂੰ, ਕਹਿੰਦਾ ਬਾਪੂ ਜੀ ਆਨੰਦਪੁਰ ਸਾਹਿਬ ਗਏ, ਕਿਹੜੇ ਪਿੰਡੋਂ ਆਏ? ਉਹਨੇ ਕਿਹਾ ਫਲਾਣਾ ਪਿੰਡ ਹੈ। ਕਹਿੰਦਾ ਵੀ ਕਿੰਨੇ ਗੁਰਦੁਆਰੇ ਤੁਹਾਡੇ ਪਿੰਡ 'ਚ? ਮਾਫ਼ੀ ਦੇਣੀ, ਬੜੇ ਸੋਹਣੇ ਪੜ੍ਹੇ ਲਿਖੇ ਵੀਰ ਬੈਠੇ ਆ, ਅੱਜ ਕੋਈ ਨਹੀਂ ਸੋਚਣ ਦਿਆ ਸਾਡੇ ਬਾਰੇ। ਇੰਨੇ ਦੁੱਖ ਦੀ ਗੱਲ, 3-4 ਕਰੋੜ ਰੁਪਈਆ ਇੱਕ ਗੁਰਦੁਆਰੇ 'ਤੇ ਲੱਗਦਾ ਹੀ, ਅਤੇ ਦੇਹ ਤਰੇ ਦੀ ਲਾਈ ਜਾਂਦੇ, ਅਤੇ ਵਿੱਚ ਬਾਬਾ ਹੈਣੀ। ਆਖੋ ਸਤਨਾਮ। ਜੇ ਹੈਗਾ ਵੀ ਵਿਚਾਰਾ ਤਾਂ ਉਹ ਬਿਰਧ ਆ, ਉਹਨੂੰ ਵਿਚਾਰੇ ਨੂੰ ਆਉਂਦਾ ਕੁਝ ਨਹੀਂ, ਉਹਨੂੰ ਆਪ ਨੂੰ ਨਹੀਂ ਪਤਾ ਵੀ ਸਤਨਾਮ ਜਪਾਉਣ ਦਿਆ ਵੀ ਸਤਨਾਮ ਦਾ ਅਰਥ ਕੀ। ਕਹਿੰਦਾ ਭਰਾਵਾ ਮੈਂ ਤਾਂ ਘਰੇ ਫਰੀ ਹੁੰਦਾ ਸੀ, ਅਤੇ ਕਹਿੰਦੇ ਵੀ ਆ ਜਾ ਪਾਠ ਕਰ ਦਿਆ ਕਰ। ਵੇਖੋ ਸਾਡਾ ਕਿੱਡਾ ਸਕੂਲ ਸੀ, ਜਿਹਨੂੰ 10 ਪਾਤਸ਼ਾਹੀਆਂ ਨੇ, ਇੱਕ ਇੱਕ ਇੱਟ ਸ਼ਹੀਦਾਂ ਨੇ ਆਪਣੇ ਲਹੂ ਨਾਲ ਭੇਜ ਕੇ ਲਾਈ ਹੋਵੇ, ਅਤੇ ਅੱਜ ਉਸ ਕੌਮ ਦਾ ਕਿੰਨਾ ਬੁਰਾ ਹਾਲ ਹੋ ਗਿਆ। ਗੁੱਸਾ ਨਾ ਕਰਿਓ ਤੁਸੀਂ ਮੇਰੇ ਮਾਂ ਪਿਓ, ਮੈਂ ਨੈੱਟ 'ਤੇ ਵੀ ਇੱਦਾਂ ਹੀ ਸੰਗਤਾਂ ਵਿਦੇਸ਼ ਥੋੜ੍ਹੇ ਦਿਨ ਮੈਂ ਲਾ ਕੇ ਆਇਆ, ਅੱਜ ਪਰਸੋਂ ਚੌਥ ਆਇਆ।
ਇਹੀ ਦੁੱਖ ਦੀ ਗੱਲ ਹੈ ਕਿ ਪਿਆਰਿਓ ਇਸ ਵੇਲੇ ਕੋਈ ਧਿਆਨ ਨਹੀਂ ਦਿੰਦਾ, ਕਈ ਗੁੱਸਾ ਵੀ ਕਰਦੇ ਵੀ ਅਸੀਂ ਜਦੋਂ ਵੀ ਗੁਰਦੁਆਰੇ ਜਾਂਦੇ ਜਾਂ ਕਥਾ ਕੀਰਤਨ 'ਚ ਮੈਂ ਵੀ ਤੁਹਾਡੇ ਨਾਲ ਹਾਂ, ਅਸੀਂ ਪਾਟੇ ਹੋਏ 20 ਰੁਪਈਏ ਲੈ ਕੇ ਤੁਰ ਪੈਂਦੇ ਹਾਂ। ਇਹ ਨਹੀਂ ਵੇਖਣਾ ਵੀ ਅੱਗੇ ਸ੍ਰਿਸ਼ਟੀ ਦਾ ਮਾਲਕ ਆ ਜਾਂ ਸਾਡੀ ਕੌਮ ਦਾ ਰਾਗੀ ਢਾਡੀ ਲੱਗਣਾ ਵਾ ਜਿਹਨੇ। ਤੋ ਇਸ ਕਰਕੇ ਸਾਧ ਸੰਗਤ ਜੀ ਸਾਡੇ ਬੱਚੇ ਵੇਂਹਦੇ ਆ ਵੀ ਇਹ ਉੱਦਾਂ ਹੀ ਆਖੋ ਸਤਨਾਮ। ਹੁਣ ਅੱਜ ਦੀ ਤਰੀਕ 'ਚ ਵੇਖੋ ਜਿਹਨਾਂ ਸ਼ਹੀਦਾਂ ਦੀਆਂ ਵਾਰਾਂ ਗਾਈਆਂ ਬੰਦ ਬੰਦ ਕਟਾਇਆ ਉਹਨਾਂ ਨੂੰ ਤਾਂ ਕੋਈ ਜਾਣਦਾ ਨਹੀਂ, ਤੇ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਗੰਦ ਗਾਇਆ ਗੰਦੇ ਗੀਤ ਗਾਏ ਉਹਨੂੰ ਫੇਰ ਸਟਾਰ ਬਣਾਤਾ ਲਿਆ ਕੇ, ਤੇ ਸਾਡੇ ਜਵਾਕਾਂ ਨੂੰ ਉਹਦੇ ਪਤਾ ਹੀ ਲੱਗਣਾ ਉਹਦਾ, ਤੇ ਸਾਡੇ ਵੱਲੇ ਉਹ ਕਹਿੰਦੇ ਬਾਪੂ ਨੂੰ ਭੇਜ ਦਿਓ ਭੋਗ ਤੇ। ਉਹ ਮੈਨੂੰ ਅਜੇ ਵੀ ਯਾਦ, ਮੈਂ 8ਵੀਂ 'ਚ ਪੜ੍ਹਦਾ ਸੀ ਤੇ ਗੁੱਸਾ ਨਾ ਕਰਿਓ ਮੈਂ ਕਥਾ ਆਰੰਭ ਕਰਨੀ 2-4 ਦਿਲ ਦੀਆਂ ਗੱਲਾਂ ਕਰ ਲਾਂ ਤੇ 10 ਰੁਪਈਏ ਇੱਦਾਂ ਪਾਟੇ ਜੋੜੇ, ਮੈਂ ਸੱਚਾਈ ਕਹਿੰਦਾ ਸਾਡੀ ਸਿੱਖੀ ਡੁੱਬੀ ਕਿਉਂ? ਉਹ ਦੁਕਾਨ ਵਾਲੇ ਨੇ ਮੋੜ ਤੇ, ਸਬਜ਼ੀ ਵਾਲੇ ਨੇ ਮੋੜ ਤੇ, ਹਲਵਾਈ ਨੇ ਮੋੜ ਤੇ, ਤੇ ਸਾਡੀ ਦਾਦੀ ਬੈਠੀ ਤੇ ਉਹ ਲਿਆ ਕੇ ਅਸੀਂ ਸੁੱਟਤੇ ਤੇ ਕਹਿੰਦੀ ਪੁੱਤ ਮੈਨੂੰ ਫੜਾ ਦੇ। ਮੈਂ ਕਿਹਾ ਬੀਬੀ ਇਹ ਨਹੀਂ ਚੱਲਦੇ, ਖਰਾਬ ਆ। ਕਹਿੰਦੀ ਮੈਂ ਚਲਾ ਲੈਣੇ। ਮੈਂ ਕਿਹਾ ਕਿੱਥੇ ਚਲਾਉਣੇ ਆ? ਕਹਿੰਦੇ ਗਵਾਂਢੀਆਂ ਦੇ ਭੋਗ ਪੈਣਾ ਹੈ ਤੇ ਮੈਂ ਉੱਥੇ ਜਾਣਾ ਵਾਂ ਤੇ ਮੱਥਾ ਟੇਕੂੰਗੀ, ਲਿਆਓ। ਇੱਥੋਂ ਵੇਖੋ ਪਤਾ ਲੱਗਦਾ ਸਾਡਾ ਮਾਇੰਡ ਗੁਰੂ ਗ੍ਰੰਥ ਸਾਹਿਬ ਨੂੰ ਕੀ ਸਮਝਦਾ। ਵੇਖੋ ਅਸੀਂ ਕੀ ਸਮਝ ਰਹੇ ਹਾਂ। ਇੱਕ ਬੰਨੇ ਕਹਿੰਦੇ ਗੁਰਬਾਣੀ ਉੱਤਮ ਆ, ਉਵੇਂ ਸਭ ਤੇ ਵੱਡਾ ਸਤਿਗੁਰੂ ਨਾਨਕ ਆ, ਤੇ ਫਿਰ ਜੇ ਵੱਡਾ ਵਾ ਤੇ ਫਿਰ ਨੀਚਪੁਣਾ ਕਿਉਂ ਅੰਦਰ ਰੱਖਿਆ? ਆਖੋ ਸਤਨਾਮ। ਇਹ ਗੱਲ ਨੂੰ ਫੀਲ ਕਰਿਓ, ਮੈਂ ਵੀ ਕਰਦਾ ਰਹਿੰਦਾ। ਇੱਕ ਬੰਨੇ ਅਸੀਂ ਕਹਿੰਦੇ ਸਾਡਾ ਮਾਲਕ ਹੈ, ਮਾਲਕ ਛੱਡੋ ਹੁਣ ਮੇਰੀ ਜਨਾਨੀ ਘਰ ਵਾਲੀ ਹੈ, ਜੋ ਕਵੇ ਮੈਂ ਕਰਦਾ। ਆਖੋ ਸਤਨਾਮ ਸ੍ਰੀ। ਇਸ ਕਰਕੇ ਅੱਜ ਸਿੱਖ ਕੌਮ ਦੇ ਨਿੱਕੇ ਨਿੱਕੇ ਬੱਚੇ ਵੀ ਵੇਂਹਦੇ ਆ ਵੀ ਇਸ ਘਰ ਦੇ ਵਿੱਚ ਕੁਝ ਨਹੀਂ ਰਹਿ ਗਿਆ ਲੜਾਈ ਤੋਂ ਸਿਵਾਏ।